ਪਹੁੰਚੇ ਤੇ ਪੰਜਾਬ ਸਰਕਾਰ ਦੇ ਨੁਮਾਇੰਦੇ ਉਹਨਾਂ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ ਆਨੰਦਪੁਰ ਸਾਹਿਬ ਉਹ ਮੁੱਖ ਮੰਤਰੀ ਵੱਲੋਂ ਵਿਸ਼ੇਸ਼ ਤੌਰ ਤੇ ਉਰੇ ਅੱਜ ਗੁਰਜੀਤ ਸਿੰਘ ਇਸ ਮੋਰਚੇ ਦਾ ਜਿਹੜਾ ਹਾਲ ਚਾਲ ਜਾਣਨ ਲਈ ਤੇ ਮੰਗਾਂ ਬਾਰੇ ਪਤਾ ਕਰਨ ਲਈ ਇੱਥੇ ਆਏ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਜਿਹੜਾ ਸਮਾਣਾ ਟਾਵਰ ਮੋਰਚਾ ਲੱਗਿਆ ਹੋਇਆ ਹੈ ਪਿਛਲੇ 41 ਦਿਨਾਂ ਤੋਂ ਗੁਰਜੀਤ ਸਿੰਘ ਖਾਲਸਾ ਟਾਵਰ ਦੇ ਉੱਤੇ ਬੈਠੇ ਨੇ ਉਸ ਮੋਰਚੇ ਵੱਲੋਂ ਆਪ ਸਿੱਖ ਸੰਗਤ ਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਮੋਰਚੇ ਤੇ ਪੰਜਾਬ ਸਰਕਾਰ ਦੇ ਨੁਮਾਇੰਦੇ ਉਹਨਾਂ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ ਆਨੰਦਪੁਰ ਸਾਹਿਬ ਉਹ ਮੁੱਖ ਮੰਤਰੀ ਵੱਲੋਂ ਵਿਸ਼ੇਸ਼ ਤੌਰ ਤੇ ਉਰੇ ਅੱਜ ਗੁਰਜੀਤ ਸਿੰਘ ਇਸ ਮੋਰਚੇ ਦਾ ਜਿਹੜਾ ਹਾਲ ਚਾਲ ਜਾਣਨ ਲਈ ਤੇ ਮੰਗਾਂ ਬਾਰੇ ਪਤਾ ਕਰਨ ਲਈ ਇੱਥੇ ਆਏ ਤੇ ਉਹਨਾਂ ਨਾਲ ਬਹੁਤ ਵਧੀਆ ਮਾਹੌਲ ਚ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਪੂਰਾ ਵਿਸ਼ਵਾਸ ਦਵਾਇਆ ਵੀ 25 ਤਰੀਕ ਤੋਂ ਅਸੀਂ ਪਾਰਲੀਮੈਂਟ ਵਿੱਚ ਸਾਰੇ 10 ਮੈਂਬਰਾਂ ਜਿੰਨੇ 13 ਮੈਂਬਰਾਂ ਅਸੀਂ ਆਪ ਪਾਰਟੀ ਦੇ ਉਹ ਪੂਰਾ ਇਸ ਮੁੱਦੇ ਨੂੰ ਚੱਕਾਂਗੇ ਰਾਸ਼ਟਰਪਤੀ ਨੂੰ ਮਿਲਾਂਗੇ ਜੇ ਧਰਨਾ ਲਾਉਣਾ ਪਿਆ ਉੱਥੇ ਧਰਨਾ ਵੀ ਲਾਵਾਂਗੇ ਇਹ ਵਿਸ਼ਵਾਸ ਦਵਾ ਕੇ ਉਹਨਾਂ ਨੇ ਜਿਹੜਾ ਭਾਈ ਗੁਰਜੀਤ ਸਿੰਘ ਖਾਲਸਾ ਨੇ ਆਪ ਐਲਾਨ ਕੀਤਾ ਸੀ 23 ਨੂੰ ਸਮਾਣਾ ਬੰਦ ਦਾ ਉਹ ਬੰਦ ਦਾ ਉਹਨਾਂ ਨੇ ਐਲਾਨ ਵਾਪਸ ਲੈਣ ਦੀ ਬੇਨਤੀ ਕੀਤੀ ਗੁਰਜੀਤ ਸਿੰਘ ਨੂੰ ਆਹ ਵਿਸ਼ਵਾਸ ਦਵਾ ਕੇ ਵੀ ਅਸੀਂ ਤੁਹਾਡਾ ਮੁੱਦਾ ਚੱਕਾਂਗੇ ਪੂਰੇ ਜ਼ੋਰ ਨਾਲ। ਗੁਰਜੀਤ ਸਿੰਘ ਖਾਲਸੇ ਨੇ ਇਹ ਉਹ ਜਿਹੜੀ ਬੇਨਤੀ ਉਹਨਾਂ ਦੀ ਪ੍ਰਵਾਨ ਕੀਤੀ ਵੀ ਇਸ ਸ਼ਰਤ ਤੇ ਕਿ ਅਸੀਂ ਤੁਹਾਡਾ ਮੁੱਦਾ ਪੂਰੇ ਜ਼ੋਰ ਸ਼ੋਰ ਨਾਲ ਚੱਕਾਂਗੇ ਕਿਉਂਕਿ ਉੱਤੇ 23 ਤਰੀਕ ਨੂੰ ਮੁਸਲਮਾਨ ਭਰਾਵਾਂ ਦਾ ਜਿਹੜਾ ਇੱਥੇ ਪੰਜ ਪੀਰਾਂ ਦਾ ਬਹੁਤ ਵੱਡਾ ਉਹਨਾਂ ਦਾ ਉਰਸ ਹੈ ਉੱਤੇ ਕੋਈ ਉਹਨਾਂ ਦਾ ਪ੍ਰੋਗਰਾਮ ਹੈ ਉਹਦੇ ਮੱਦੇਨਜ਼ਰ ਪ੍ਰਸ਼ਾਸਨ ਵੀ ਕਈ ਦਿਨਾਂ ਦਾ ਬੇਨਤੀ ਕਰ ਰਿਹਾ ਸੀ ਵੀ ਮੁਸਲਮਾਨ ਭਰਾ ਆਉਣਗੇ ਜੇ ਕੋਈ ਇੱਥੇ ਬੰਦ ਹੋਇਆ ਕੋਈ ਉਹਨਾਂ ਨੂੰ ਲੋੜ ਹੁੰਦੀ ਹੈ ਸ਼ਹਿਰ 'ਚ ਆਉਣਾ ਕੋਈ ਉਹ ਚੰਗਾ ਮਾਹੌਲ ਨਹੀਂ ਹੈਗਾ। ਇਸ ਲਈ ਅਸੀਂ ਇਹ ਸਾਰੀਆਂ ਗੱਲਾਂ ਨੂੰ ਮੁੱਖ ਮੰਤਰੀ ਦੇ ਨੁਮਾਇੰਦੇ ਦੀ ਗੱਲਬਾਤ ਕਰਦੇ ਹੋਏ ਭਾਈ ਗੁਰਜੀਤ ਸਿੰਘ ਖਾਲਸਾ ਨੇ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਕਰਦੇ ਹੋਏ ਉਹਨਾਂ ਦੀ ਬੇਨਤੀ ਤੇ ਉਹ ਬੰਦ ਦਾ ਸੱਦਾ ਜਿਹੜਾ ਉਹ ਵਾਪਸ ਲਿੱਤਾ ਸਮਾਣਾ ਇਸੇ ਤਰ੍ਹਾਂ ਖੁੱਲ੍ਹਾ ਰਹੂਗਾ। ਪਰ ਜਿਹੜਾ ਇਕੱਠ ਹੈ ਉਰੇ ਸ਼ਨੀਵਾਰ ਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ 'ਚ ਤੁਸੀਂ ਇੱਥੇ ਸਮਾਣਾ ਟਾਵਰ ਮੋਰਚੇ ਤੇ ਜਿਹੜਾ ਪਾਰਕ ਹੈ ਤਹਿਸੀਲ ਦੇ ਨੇੜੇ ਉੱਥੇ ਪਹੁੰਚਣਾ ਤੇ ਆਪਣਾ ਜਿਹੜਾ ਉਹਨੂੰ ਮੋਰਚੇ ਨੂੰ ਬੂਰ ਲੱਗਣਾ ਸ਼ੁਰੂ ਹੋਇਆ ਹੁਣ ਆਪਣੀ ਗੱਲ ਹੈ ਜਿਹੜੀ ਉਹ ਉੱਤੇ ਉੱਠੀ ਹੈ ਮੁੱਦਾ ਬਣਿਆ ਜਿਹੜਾ ਮੁੱਦਾ ਦੱਬਿਆ ਹੋਇਆ ਸੀ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਦਾ ਬੇਅਦਬੀਆਂ ਦਾ ਮੁੱਦਾ ਦੱਬਿਆ ਹੋਇਆ ਸੀ ਅੱਗੇ ਵਾਸਤੇ ਕਾਨੂੰਨ ਬਣਾਉਣ ਦਾ ਉਹਨੂੰ ਗੱਲ ਨੂੰ ਇਹ ਬਹੁਤ ਬਲ ਮਿਲਿਆ ਇਸ ਗੱਲ ਨਾਲ। ਸੋ ਸੰਗਤ ਨੂੰ ਬੇਨਤੀ ਹੈ ਕਿ ਜੇ ਤੁਸੀਂ ਵੱਡੇ ਹੁਮਾ ਹੁਮਾ ਕੇ ਆਵੋਗੇ ਤਾਂ ਫਿਰ ਸਰਕਾਰਾਂ ਦੇ ਜਾਗਣਗੀਆਂ ਤੇ ਆਪਣਾ ਇਹ ਮੁੱਦਾ ਬੀਜੇਪੀ ਸਰਕਾਰ ਨੂੰ ਕੇਂਦਰ ਨੂੰ ਰਾਸ਼ਟਰਪਤੀ ਨੂੰ ਹੱਲ ਕਰਨਾ ਪਊਗਾ ਕਾਨੂੰਨ ਬਣਾ ਕੇ ਤਾਂ ਕਿ ਆਪਾਂ ਭਾਈ ਗੁਰਜੀਤ ਸਿੰਘ ਖਾਲਸਾ ਦੀ ਜਾਨ ਬਚਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਜਿਹੜਾ ਸਮਾਣਾ ਟਾਵਰ ਮੋਰਚਾ ਲੱਗਿਆ ਹੋਇਆ ਹੈ ਪਿਛਲੇ 41 ਦਿਨਾਂ ਤੋਂ ਗੁਰਜੀਤ ਸਿੰਘ ਖਾਲਸਾ ਟਾਵਰ ਦੇ ਉੱਤੇ ਬੈਠੇ ਨੇ ਉਸ ਮੋਰਚੇ ਵੱਲੋਂ ਆਪ ਸਿੱਖ ਸੰਗਤ ਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਮੋਰਚੇ ਤੇ ਪੰਜਾਬ ਸਰਕਾਰ ਦੇ ਨੁਮਾਇੰਦੇ ਉਹਨਾਂ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ ਆਨੰਦਪੁਰ ਸਾਹਿਬ ਉਹ ਮੁੱਖ ਮੰਤਰੀ ਵੱਲੋਂ ਵਿਸ਼ੇਸ਼ ਤੌਰ ਤੇ ਉਰੇ ਅੱਜ ਗੁਰਜੀਤ ਸਿੰਘ ਇਸ ਮੋਰਚੇ ਦਾ ਜਿਹੜਾ ਹਾਲ ਚਾਲ ਜਾਣਨ ਲਈ ਤੇ ਮੰਗਾਂ ਬਾਰੇ ਪਤਾ ਕਰਨ ਲਈ ਇੱਥੇ ਆਏ ਤੇ ਉਹਨਾਂ ਨਾਲ ਬਹੁਤ ਵਧੀਆ ਮਾਹੌਲ ਚ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਪੂਰਾ ਵਿਸ਼ਵਾਸ ਦਵਾਇਆ ਵੀ 25 ਤਰੀਕ ਤੋਂ ਅਸੀਂ ਪਾਰਲੀਮੈਂਟ ਵਿੱਚ ਸਾਰੇ 10 ਮੈਂਬਰਾਂ ਜਿੰਨੇ 13 ਮੈਂਬਰਾਂ ਅਸੀਂ ਆਪ ਪਾਰਟੀ ਦੇ ਉਹ ਪੂਰਾ ਇਸ ਮੁੱਦੇ ਨੂੰ ਚੱਕਾਂਗੇ ਰਾਸ਼ਟਰਪਤੀ ਨੂੰ ਮਿਲਾਂਗੇ ਜੇ ਧਰਨਾ ਲਾਉਣਾ ਪਿਆ ਉੱਥੇ ਧਰਨਾ ਵੀ ਲਾਵਾਂਗੇ ਇਹ ਵਿਸ਼ਵਾਸ ਦਵਾ ਕੇ ਉਹਨਾਂ ਨੇ ਜਿਹੜਾ ਭਾਈ ਗੁਰਜੀਤ ਸਿੰਘ ਖਾਲਸਾ ਨੇ ਆਪ ਐਲਾਨ ਕੀਤਾ ਸੀ 23 ਨੂੰ ਸਮਾਣਾ ਬੰਦ ਦਾ ਉਹ ਬੰਦ ਦਾ ਉਹਨਾਂ ਨੇ ਐਲਾਨ ਵਾਪਸ ਲੈਣ ਦੀ ਬੇਨਤੀ ਕੀਤੀ ਗੁਰਜੀਤ ਸਿੰਘ ਨੂੰ ਆਹ ਵਿਸ਼ਵਾਸ ਦਵਾ ਕੇ ਵੀ ਅਸੀਂ ਤੁਹਾਡਾ ਮੁੱਦਾ ਚੱਕਾਂਗੇ ਪੂਰੇ ਜ਼ੋਰ ਨਾਲ। ਗੁਰਜੀਤ ਸਿੰਘ ਖਾਲਸੇ ਨੇ ਇਹ ਉਹ ਜਿਹੜੀ ਬੇਨਤੀ ਉਹਨਾਂ ਦੀ ਪ੍ਰਵਾਨ ਕੀਤੀ
ਵੀ ਇਸ ਸ਼ਰਤ ਤੇ ਕਿ ਅਸੀਂ ਤੁਹਾਡਾ ਮੁੱਦਾ ਪੂਰੇ ਜ਼ੋਰ ਸ਼ੋਰ ਨਾਲ ਚੱਕਾਂਗੇ, ਕਿਉਂਕਿ ਉੱਤੇ 23 ਤਰੀਕ ਨੂੰ ਮੁਸਲਮਾਨ ਭਰਾਵਾਂ ਦਾ ਜਿਹੜਾ ਇੱਥੇ ਪੰਜ ਪੀਰਾਂ ਦਾ ਬਹੁਤ ਵੱਡਾ ਉਹਨਾਂ ਦਾ ਉਰਸ ਹੈ, ਉੱਤੇ ਕੋਈ ਉਹਨਾਂ ਦਾ ਪ੍ਰੋਗਰਾਮ ਹੈ, ਉਹਦੇ ਮੱਦੇਨਜ਼ਰ ਪ੍ਰਸ਼ਾਸਨ ਵੀ ਕਈ ਦਿਨਾਂ ਦਾ ਬੇਨਤੀ ਕਰ ਰਿਹਾ ਸੀ ਵੀ ਮੁਸਲਮਾਨ ਭਰਾ ਆਉਣਗੇ ਜੇ ਕੋਈ ਇੱਥੇ ਬੰਦ ਹੋਇਆ, ਕੋਈ ਉਹਨਾਂ ਨੂੰ ਲੋੜ ਹੁੰਦੀ ਹੈ ਸ਼ਹਿਰ 'ਚ ਆਉਣਾ, ਕੋਈ ਉਹ ਚੰਗਾ ਮਾਹੌਲ ਨਹੀਂ ਹੈਗਾ। ਇਸ ਲਈ ਅਸੀਂ ਇਹ ਸਾਰੀਆਂ ਗੱਲਾਂ ਨੂੰ ਮੁੱਖ ਮੰਤਰੀ ਦੇ ਨੁਮਾਇੰਦੇ ਦੀ ਗੱਲਬਾਤ ਕਰਦੇ ਹੋਏ, ਭਾਈ ਗੁਰਜੀਤ ਸਿੰਘ ਖਾਲਸਾ ਨੇ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਕਰਦੇ ਹੋਏ ਉਹਨਾਂ ਦੀ ਬੇਨਤੀ ਤੇ ਉਹ ਬੰਦ ਦਾ ਸੱਦਾ ਜਿਹੜਾ ਉਹ ਵਾਪਸ ਲਿੱਤਾ। ਸਮਾਣਾ ਇਸੇ ਤਰ੍ਹਾਂ ਖੁੱਲ੍ਹਾ ਰਹੂਗਾ, ਪਰ ਜਿਹੜਾ ਇਕੱਠ ਹੈ ਉਰੇ ਸ਼ਨੀਵਾਰ ਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ 'ਚ ਤੁਸੀਂ ਇੱਥੇ ਸਮਾਣਾ ਟਾਵਰ ਮੋਰਚੇ ਤੇ ਜਿਹੜਾ ਪਾਰਕ ਹੈ ਤਹਿਸੀਲ ਦੇ ਨੇੜੇ ਉੱਥੇ ਪਹੁੰਚਣਾ ਤੇ ਆਪਣਾ ਜਿਹੜਾ ਉਹਨੂੰ ਮੋਰਚੇ ਨੂੰ ਬੂਰ ਲੱਗਣਾ ਸ਼ੁਰੂ ਹੋਇਆ ਹੁਣ ਆਪਣੀ ਗੱਲ ਹੈ ਜਿਹੜੀ ਉਹ ਉੱਤੇ ਉੱਠੀ ਹੈ, ਮੁੱਦਾ ਬਣਿਆ ਜਿਹੜਾ ਮੁੱਦਾ ਦੱਬਿਆ ਹੋਇਆ ਸੀ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਦਾ, ਬੇਅਦਬੀਆਂ ਦਾ ਮੁੱਦਾ ਦੱਬਿਆ ਹੋਇਆ ਸੀ ਅੱਗੇ ਵਾਸਤੇ ਕਾਨੂੰਨ ਬਣਾਉਣ ਦਾ, ਉਹਨੂੰ ਗੱਲ ਨੂੰ ਇਹ ਬਹੁਤ ਬਲ ਮਿਲਿਆ ਇਸ ਗੱਲ ਨਾਲ। ਸੋ ਸੰਗਤ ਨੂੰ ਬੇਨਤੀ ਹੈ ਕਿ ਜੇ ਤੁਸੀਂ ਵੱਡੇ ਹੁਮਾ ਹਮਾ ਕੇ ਆਵੋਗੇ ਤਾਂ ਫਿਰ ਸਰਕਾਰਾਂ ਦੇ ਜਾਗਣਗੀਆਂ ਤੇ ਆਪਣਾ ਇਹ ਮੁੱਦਾ ਬੀਜੇਪੀ ਸਰਕਾਰ ਨੂੰ, ਕੇਂਦਰ ਨੂੰ, ਰਾਸ਼ਟਰਪਤੀ ਨੂੰ ਹੱਲ ਕਰਨਾ ਪਊਗਾ ਕਾਨੂੰਨ ਬਣਾ ਕੇ, ਤਾਂ ਕਿ ਆਪਾਂ ਭਾਈ ਗੁਰਜੀਤ ਸਿੰਘ ਖਾਲਸਾ ਦੀ ਜਾਨ ਬਚਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ।